ਸਮਤਾ ਨੇ ਸਾਡੇ ਨਾਲ ਧੋਖਾ ਕਰਤਾ ਅਸੀਂ ਉੱਧਰ ਪਹੁੰਚ ਗਏ ਕਹਿੰਦੇ ਡੋਰ ਬੰਦ ਕਰ ਦਿੰਦੇ ਮੈਂ ਡਰ ਲੱਗਿਆ ਤੇ ਗਾਇਸ ਅਸੀਂ ਅੱਗੇ ਗਏ ਸੀਗੇ ਬਟ ਉੱਥੇ ਫੋਨ ਨਹੀਂ ਲਾਊਡ ਸੀਗੇ ਫੋਨ ਤੇ ਲਾਊਡ ਨਹੀਂ ਸੀਗੇ ਬਟ ਉੱਥੇ ਇਹ ਸੀਗਾ ਕਿ ਫਲੋਰ ਕੱਚ ਦਾ ਸੀਗਾ ਉਹਦੇ ਉੱਤੇ ਤੁਰਨਾ ਸੀ ਮੈਨੂੰ ਕੋਈ ਡਰ ਨਹੀਂ ਲੱਗਿਆ ਸ਼ਾਇਦ ਮੈਨੂੰ ਨਾ ਲੱਗਦਾ ਨਾ ਸੀਗਾ ਗਾਇਸ ਐਂਡ ਅੰਦਰ ਕੈਮਰਾਸ ਲਾਊਡ ਨਹੀਂ ਸੀਗੇ ਸੋ ਅਸੀਂ ਅੰਦਰ ਵੀਡੀਓ ਨਹੀਂ ਬਣਾਈ ਜਿਹੜਾ ਮੈਂ ਖੜੀ ਉਹ ਵੀ ਬੰਦ ਕਰ ਦਿੰਦੇ ਹਾਂ ਉਹ ਵੀ ਬੰਦ ਕਰ ਬਸ ਅੰਦਰ ਜਾਣਾ ਸਾਨੂੰ ਤਾਂ ਹੁਣ ਜਾਇਆ अपने नानी दी कदी किवें जाऊंगी किवें जाऊंगी हम ऐसे फोटो ले रहे हैं अपनी दिस इज योर डिजिटल कॉपी किस क्या लिखियो आ उसको मम्मा ओके ओके थैंक यू ए साडी फोटो जड़ी अंदर खिच्ची सी क्योंकि कैमरा ता अलाउड नहीं सीगा सो सी फोटो ले रहे हैं ओरे सो ए फोटो है साडी अंदर दी क्यूट आ हम तो बस आहा चीज आ हां खड़ जांदी ओरे वर्चुअल हो जाया इंद्र गिरन तो कर लिया किन्नू आ जा तू भी ला के आ जा बारा गांव पाया कि नहीं तू हाँ शुक्र है मैं नहीं ले आगा सांता तू पक्का कुका हट नहीं रहती के हाँ तेरे लिए नाला नहीं तू तब मेरा तो दिल हो मैं मसा चढ़ियां होते आए सिगा एक पतली जी लकड़ा से नीचे सारी सिटी और नीचे दिल दिल नू की हुंदा सी हुन तक नहीं सा ਤੇ ਆ ਮੈਂ ਸਾਰੀ ਸਿਟੀ ਦੇ ਉੱਪਰ ਐਵੇਂ ਕਰਕੇ ਘੁੰਮ ਕੇ ਆਈ ਆ ਹੈ ਨਾ ਉਤਰੀ ਸੀ ਮਿਊਜ਼ੀਅਮ ਚ ਤੁਸੀਂ ਮੈਂ ਤਾਂ ਉੱਥੇ ਖੜੀ ਸੀ ਤੇ ਤੂੰ ਤਾਂ ਲੰਘ ਵੀ ਗਈ ਹੋਰ ਕੀ ਮੈਂ ਉੱਥੇ ਖੜੀ ਸੀ ਉਹ ਨਾ ਇੱਕਦਮ ਨੀਚੇ ਲੱਗ ਗਿਆ ਸੀ ਮੈਨੂੰ ਜਦੋਂ ਫਸਟ ਟਾਈਮ ਹੈ ਤੇ ਦਿਲ ਜਿਵੇਂ ਨਹੀਂ ਕੁਛ ਹੋਇਆ ਹੋਇਆ ਸੀ ਜੋ ਚੁੱਲ੍ਹੇ ਤੇ ਹੁੰਦਾ ਹੋਵੇ ਮੈਂ ਕੰਮ ਨਹੀਂ ਆ ਸੱਚੀ ਹੋਵੇ ਹੁੰਦਾ ਪਰ ਵਧੀਆ ਮਜ਼ਾ ਆਇਆ ਇਹ ਤੇ ਦੋ ਕਾਫੀ ਦੇ ਕੱਪ ਪਿਆ ਦਿਓ ਮੈਨੂੰ ਜਾਂ ਤਿੰਨ ਪਿਆ ਦਿਓ ਇਹ ਤੇ ਚੜਾ ਦਿਓ ਫਿਰ ਵੇਖੀ ਕਰਦੀ तू कुका छड़ देनी मैं कुका क्यों बन की को छड़ना सीगा
ਕਹਿੰਦੇ ਮੈਂ ਤਾਂ ਚਲਾ ਚਲੂ ਕੇ ਮਾਰਨੇ ਸੀ ਉਹ ਐਨਕਾਂ ਨਹੀਂ ਚਲਾ ਕੇ ਉਹ ਜਿਹੜਾ ਬੈਠਣਾ ਜਿਹੜਾ ਉੱਥੇ ਹੁੰਦਾ ਨਾ ਗੇਮ ਉਹਦੇ ਉਹਦੇ ਚ ਲੈ ਕੇ ਜਾਵਾਂਗੇ ਉੱਥੇ ਕੋਈ ਦੇਖਾਂਗੇ ਉਹ ਕੀ ਕਰਦਾ ਕਿਉਂਕਿ ਉਹ ਬੈਠ ਕੇ ਆਏ ਖੜ ਕੇ ਆਏ ਤੇ ਤੁਹਾਨੂੰ ਤੇ ਬੈਠ ਕੇ ਉਹ ਜੇ ਡਰ ਲੱਗੇ ਲਾ ਸਕਦੇ ਹਾਂ ਤੱਕ ਦਿਲ ਤੱਕ ਤੱਕ ਉਹ ਲਾ ਸਕਦੇ ਆਪਾਂ ਹਾਂ ਹਾਂ ਤੋ ਬਸ ਕਹਿ ਦੀ ਹਾਂ ਸੋ ਗਾਇਸ ਆ ਬਾਰੇ ਆ ਬਿਲਕੁਲ ਇੱਥੇ ਕੋਈ ਵੀ ਗਲਾਸ ਨਹੀਂ ਹੈਗਾ ਠੰਡੀ ਠੰਡੀ ਹਵਾ ਚੱਲ ਰਹੀ ਆ ਇੱਥੇ ਕਿੱਦਾਂ ਦਾ ਐਕਸਪੀਰੀਅੰਸ ਹੁਣ ਤਾਂ ਉਰੇ ਠੀਕ ਆ ਜਾਲੀ ਫੜ ਕੇ ਥੱਲੇ ਦਾ ਦੇਖ ਲਾ ਡਰਦੀ ਤਾਂ ਨਹੀਂ ਸਨਸੈਟ ਦੇਖੋ ਕਿੰਨਾ ਸੋਹਣਾ ਆਪਾਂ ਕੱਲ ਦਾ ਸਨਸੈਟ ਵੀ ਦੇਖਿਆ ਸੀ ਨਾ ਕੱਲ ਫੈਰੀ ਚ ਦੇਖਿਆ ਸੀ ਬੇਬੀ ਲੁੱਕ ਐਟ ਦਾ ਵਿਊ ਤੈਨੂੰ ਪਸੰਦ ਆ ਯੂ ਆਰ ਮਾਈ ਬੈਸਟ ਵਿਊ ਪਸੰਦ ਆ ਯੂ ਆਰ ਮਾਈ ਬੈਸਟ ਵਿਊ ਤੈਨੂੰ ਪਸੰਦ ਆ ਮੈਨੂੰ ਤਾਂ ਘੈਂਟ ਲੱਗਿਆ ਮੈਂ ਤਾਂ ਬਾਲਾ ਬਾਲਾ ਮਜ਼ਾ ਆਇਆ ਥੈਂਕ ਯੂ ਸਮ ਤਾਂ ਥੈਂਕ ਯੂ ਇੰਦਰ ਦੋਨਾਂ ਨਾਲ ਮਜ਼ਾ ਆਇਆ ਥੈਂਕ ਯੂ ਇੰਦਰ ਇਹਦਾ ਕਰਨ ਲਈ ਨਹੀਂ ਤੁਸੀਂ ਦੋਨਾਂ ਨੇ ਮੇਰਾ ਦਿਨ ਬਣਾਇਆ ਬਹੁਤ ਵਧੀਆ ਲੱਗਿਆ ਸ਼ਮਤਾ ਮਨਾਲੀ ਸ਼ਮਤਾ ਜਾਣ ਨੂੰ ਤਿਆਰ ਹੋ ਗਈ ਸੋ ਹੁਣ ਗਿੰਨੂ ਸ਼ਮਤਾ ਦੇ ਨਾਲ ਜਾਊਗੀ ਤਾਂ ਕਿ ਉਹਨੂੰ ਡਰ ਨਾ ਲੱਗੇ ਉੱਥੇ ਬਾਹਰ ਅੱਜ ਚ ਤੁਸੀਂ ਉੱਧਰ ਸਾਈਡ ਵਾਲੇ ਤੇ ਆ ਜਿਓ ਆਪਾਂ ਫਿਰ ਹੈਲੋ ਕਰਾਂਗੇ ਠੀਕ ਆ ਡਰ ਰਹੀ ਆ ਕੁਛ ਨਹੀਂ ਹੁੰਦਾ ਸ਼ਮਤਾ ਦੇਖੀ ਜਾਊਗੀ ਮੈਂ ਤੈਨੂੰ ਡਰਨ ਨਹੀਂ ਦਿੰਦੀ ਬਸ ਤੂੰ ਮੇਰਾ ਹੱਥ ਫੜੀ ਰੱਖੀ ਤਾਂ ਡਿੱਗਣ ਨਹੀਂ ਦਿੰਦੀ ਠੀਕ ਆ ਸੀ ਸਾਰੇ ਟੁੱਟਦਾ ਨਹੀਂ ਹੁੰਦਾ ਹੋਰ ਬੈਠੀਆਂ ਨੇ ਟੋਰ ਨਾਲ ਦਿਖਾ ਰਹੀ ਆ ਵੀਰੇ ਨੂੰ ਮੈਂ ਡਰਦੀ ਨੀ ਹੁਣ ਇਹਨਾਂ ਦੀ ਵਾਰੀ ਆਈ ਆ ਗਈ ਸਕਾਈ ਟੈਕ ਲਈ ਸਮਝਾ ਦਲੇਰਾ ਪੂਰੀ ਕੋਈ ਚੱਕਰ ਨੀ ਚੱਲੀ ਹੁਣ ਘਰੇ ਰਾਤ ਦਾ ਵੀ ਦਿਨ ਦਾ ਵੀ ਤੁਸੀਂ ਵੀ ਤਾਂ ਉਧਰੋਂ ਦੇਖ ਹੀ ਆਏ ਸਭ ਤਾਂ ਦੱਸ ਲੱਗੇ ਡਰ ਨਾ ਖੁਸ਼ੀ ਬਹੁਤ ਝੂਲੇ ਤੇ ਨਵੀਂ ਨਵੀਂ ਚੜੀ ਸੀ ਤਾਂ ਕਰਕੇ ਡਰ ਲੱਗ ਗਈ ਉਹ ਤੇ ਡਰ ਗਈ ਹੁਣ ਤੂੰ ਨਿੱਕੀ ਨਿੱਕੀ ਚੀਜ਼ਾਂ ਦੇ ਡਰ ਰਹੀ ਤੈਨੂੰ ਲੋੜ ਸੀ ਮੈਨੂੰ ਗਿਫਟ ਨਾਲ ਆਹ ਚੀਜ਼ਾਂ ਜ਼ਿਆਦੇ ਮੈਂ ਬਹੁਤ ਇੰਜੋਏ ਕਰ ਰਹੀ ਆ ਅੱਜ ਤੀਜਾ ਦਿਨ ਆ ਤੇ ਰੋਜ਼ ਮੈਂ ਇੰਨੀ ਐਕਸਾਈਟਮੈਂਟ ਨਾਲ ਉੱਠਦੀ ਆ ਤੇ ਸੋਨੀ ਆ ਕੱਲ ਕਿੱਥੇ ਜਾਣਾ ਅੱਜ ਕਿੱਥੇ ਜਾਣਾ ਬਹੁਤ ਮਜ਼ਾ ਆਇਆ ਐਂਡ ਆਪਾਂ ਵਧੀਆ ਟਾਈਮ ਤੇ ਗਏ ਸੀ ਆਪਾਂ ਦਿਨ ਦਾ ਵਿਊ ਵੀ ਦੇਖਿਆ ਰਾਤ ਦਾ ਵੀ ਦੇਖਿਆ ਚਲੋ ਵਧੀਆ ਮੇਰਾ ਆਈ ਮੋਟਿਵ ਸੀਗਾ ਕਿ ਥੈਂਕ ਯੂ ਇੰਜੋ ਯੂ ਆਰ ਵੈਰੀ ਸਵੀਟ ਥੈਂਕ ਯੂ ਕੋਈ ਚੱਕਰ ਨਹੀਂ ਐਕਸਾਈਟਡ ਫॉर ਟੁਮਾਰੋ ਗਾਇਸ ਅਸੀਂ ਤਾਂ ਚਾਹੁੰਦੇ ਆ ਵੀ ਅਸੀਂ ਸਾਰੀ ਆਈਏ ਬਾਕੀ ਸਾਰਿਆਂ ਦੀ ਨਾ ਜੌਬਾਂ ਹੁੰਦੀਆਂ ਨੇ ਅਸੀਂ ਤਿੰਨ ਜਾਣੀ ਆ ਵਿਹਲੇ ਫਿਲਹਾਲ ਹਾਂ ਤਾਂ ਕਰਕੇ ਅਸੀਂ ਤਿੰਨੋਂ ਆਣੇ ਹੁੰਦੇ ਆ ਸਾਹਮਣੇ ਮੈਲਬਨ ਵੀਲ ਦਿਖ ਰਿਹਾ ਦੇਖੋ ਕਲਰਸ ਨਾ
हाँ जी, सो असी हुण रस्ते च सीगे, बट मैं ना एक गल करना चाहनी हाँ सारिआं नाल तुहाडे नाल कि जिवें बहुत सारे तुसीं लोग कॉमेंट्स करते हो है ना कि वाओ तुहाडी लाइफ किन्नी वधिया आ, बहुत तुसीं लक्की हो इंदर वर्गे हसबैंड तुहानू मिले आ, कि अपने आप नूं डीमोटिवेट फील करवाउंदे आ कई लोग कि हाँ ये मतलब साडी लाइफ देख के कि इन्ने खुश ने इन्ना कुछ करते हैं है ना, पर साडे लई कोई कुछ नहीं करता, इदां नहीं हुंदा गाइज है ना। सारे अपने वालों सारिया के सारे पार्टनर्स कुछ भी मतलब जो माड़ा मोटा भी करते हैं ना जिन्ना कर सकते हैं उन्होंने एप्रीशिएट करया करो, कि एवें ना सोचा करो दूजे की लाइफ देख के कि भी साडे नाल भी इदा ही होवे, क्योंकि है ना एफर्ट्स होंगे चाहे वह व्डे हो चाहे छोटे होने ही एप्रीशिएशन दया करो है ना। सो ये मैं एक गल कहना चाहती सी, बाकी मेहनत करके तुम सारा कुछ कर सकते हो है ना, तो मतलब एवें किसी देख के डीमोटिवेट ना होया करो, मतलब मैं पता खुश होंगे हो तुम, मतलब मेरे लिए बहुत ज़्यादा खुश होंगे हो, तो मैं बहुत ज़्यादा खुशी महसूस करती हूँ जो लोग कहे जे कॉमेंट्स करते है ना कि भी तुम बहुत वधिया हो, मतलब लक्की हो है ना कि इंदर थोड़े हसबेंड आ, बट तुम सारे भी बहुत ज़्यादा लक्की हो। गाइज सारा कुछ ना परफेक्ट नहीं होंगे किसी की भी लाइफ च, सारिया च कोई ना कोई घाटा वाधा होंगे ही आ। हम जिमें तुम साड़ी वीडियोज़ देखते हो थोड़ा लगता होना इन्हों की लाइफ बिल्कुल परफेक्ट आ, कोई वह नहीं आ, बट असी थोनों मोस्टली जोड़ा परफेक्ट आ उही थोड़ा दिखाने, कोई भी अपना लड़ाई झगड़ा तो दिखा नहीं होंगे है ना। सो एवं मैं हमेशा कहना हूं भी असं लड़ते हैं डेफिनेटली लड़ते हैं, बट द थिंग इज हाउ कि तुसी सॉर्ट आउट किवें करदे हो उस चीज नूं है ना। हां जी, बट जे थोड़े लिए कोई है ना थोड़ा पार्टनर है या थोड़ी फैमिली वाले आ, जे जे थोनों एक छोटी चॉकलेट भी लिया के दिंदे आ ना उन्हों भी एप्रीशिएट करया करो, क्योंकि एफर्ट्स की गल हुंदी आ, ए नहीं हुंदा कि कोई थोड़े लिए वड्डा कर रहा कि छोटा, ते फैमिली च प्यार बना के रखना भी बहुत जरूरी हुंदा है ना। बहुत वड्डी गल आ, बिल्कुल, मतलब खुशियां लब्भन की कोशिश करया करो भावे छोटे छोटे गल च है ना, जे तुहाडे हाथ पैर सलामत ने है ना, तुसी कुछ भी कर सकते हो है ना, तुसी बहुत लक्की हो है ना, तुसी उन्हां कोल जा, जदों मैं छोटा हुंदा सी ना ब्रदर मैनू कई बार पिंगलवाड़े च लैके आंदा हुंदा सीगा भी स्पैशल फील कराउण नूं मैनू, कि हाँ तू देख ला इस दुनिया ते किन्ना स्पेशल आ ना, ते जदों भी असी वीक वीक महीने बाद या हफ्ते बाद असी ना कुछ लैके जांदे सी पिंगलवाड़े, ते उत्थे जाके कई लोग इन्ने बेचारे मेंटली अपसेट सीगे, किसी की लत्त नहीं हैगी किसी की बांह नहीं हैगी, उत्थे जाके ऐ हुंदा भी अपने कोल सब कुछ हैगा है ना, एटले भी Guys, पता की आ मनी मैटर नहीं करती, मनी कदे भी पैसा आंदा जांदा रहंदा, तुसी मेहनत करोगे थोड़े को बहुत पैसा आऊगा ठीक है, बट बल्ले पैसे ना खुशियां नहीं मिलदियां, मन्नोगे भी नहीं है ना, तुसी मन्नोगे नहीं कि जो मैं यारां दोस्तां नाल घूमदा हुंदा सी ना कई बार मेरे साडे जेब चो पैसे खत्म हो जांदे सी, असी दिल्ली ट्रेन स्टेशन ते सौं के भी खुश सीगा मैं, बट भी बस यारां दोस्तां नाल इस गल च खुशी सी, यही गल पार्टनर दी हुंदी है ना, कोई छोटी वड्डी चीज नहीं हुंदी, साडे च भी यही गल आ भी असी इकट्ठे आ असी इकट्ठे घूमण जा स्टूडेंट वीजे कीरत इन्ना ज्यादा समझदी सी, एक सिंगल चीज भी नहीं लैंदी हुंदी सी ठीक है, एक दो बार इन सस्तियां चीजां वास्ते भी इन्हें मैनू कहा भी इंद्र मैं आ लै ला, एक दो बार मैनू रोकिया मैं कि इहनू नहीं अपने फीस भरनी तू रहन दे, इह उदों समझदी सीगी तां मैं अज इहदे नाल खड़ा, तां मैं अज जिहड़ी चाहे मैनू मेरे अकाउंट बैलेंस जीरो हो जाए इहनू खुश करन दे मारे मैं उह वी कर सकदा, क्योंकि इह उस टाइम खड़ी सी मेरे नाल जदों मेरे कोल कुछ भी नहीं सीगा, जे तुहाडा पार्टनर उस टाइम थोड़े नाल खड़ा है ना भी जदों तुसीं जीरो हो है ना, जो उस टाइम नाल खड़ा इट मीनस तुसी जदों तुसी अमीर हुन्ने भी हो थोड़े कोल पैसा आउंदा भी आ जां सब कुछ लाइफ दी टेंशन दूर हुंदी ने उदों भी तुसी अपने पार्टनर दे नाल खड़ा करो, एदा मैटर नहीं करदा किसे नूं देख के एक्सपेक्ट ना, अजकल आपां सोशल मीडिया ते बहुत कुछ देख के साडे उतों ही ला लो कि साडा देख के भी कईआं नूं एदा फील हुंदा ही होऊगा कि हणा इह तां बाला इहनां दे नजारे आईए वो, तां मैं चाहुंदी कि तुसी एदां फील ना करो, तुसी अपने ओहदे ते ओह करो कि जिन्नी भी तुहानूं निक्की मोटी खुशी भी मिलदी आ उहनूं भी पूरा जिंदगी नूं मानो है ना, जिंदगी इंजॉय करो, कम करो, हाँ कम करो, असी भी बनाई आ गाइज, पता की आ असी हमेशा तो एवें नहीं सीगे ना उरे, असी मन्निया असी अपने घर दे तो एक भी पैसा नहीं मंगवाया कदे, सारा अपनी मेहनत नाल कीता, ते हुण जदों लगदा सानूं कि हाँ असी इंजॉय कर सकदे हाँ असी कर रहे हाँ है ना, ते
ਜਦੋਂ ਤੱਕ ਸਟੂਡੈਂਟ ਵੀਜ਼ੇ ਤੇ ਸੀਗੇ ਉਦੋਂ ਉਦੋਂ ਅਸੀਂ ਨੇ ਫੁੱਲ ਮਿਹਨਤ ਕੀਤੀ ਹੈ ਹਨਾ ਉਦੋਂ ਘੁੰਮਣ ਜਾਂਦੇ ਸੀ ਡੈਫੀਨੇਟਲੀ ਬਸ ਬਸ ਇਹ ਇੱਕ ਆਦਤ ਤਾਂ ਮੇਰੀ ਸ਼ੁਰੂ ਤੋਂ ਆ ਹਨਾ ਤੇ ਵੀ ਮੈਨੂੰ ਐਂ ਹੁੰਦਾ ਯਾਰ ਵੀ ਜਿਹੜਾ ਨਿਆਰਾ ਜ਼ਿੰਦਗੀ ਦਾ ਇੱਥੇ ਵੀ ਮੈਨੂੰ ਸੇਵਿੰਗ ਕਰਨੀ ਬਹੁਤ ਘੱਟ ਆਦਤ ਆ ਮੈਥੋਂ ਸੇਵਿੰਗ ਹੁੰਦੀ ਵੀ ਨਹੀਂ ਸੀ ਸਹੀ ਗੱਲ ਦੱਸਾਂ ਮੈਨੂੰ ਸੇਵਿੰਗ ਜ਼ਰੂਰੀ ਵੀ ਆ ਜ਼ਰੂਰੀ ਵੀ ਆ ਅਸੀਂ ਤੁਹਾਨੂੰ ਗਲਤ ਰਾਣੀ ਬਾਰੇ ਵੀ ਸੇਵਿੰਗ ਨਾ ਕਰੋ ਸੇਵਿੰਗ ਕਰੋ ਬਲਕਿ ਇੰਨੀ ਕਿ ਸੇਵਿੰਗ ਤਾਂ ਮੈਂ ਰੱਖਦਾ ਹਮੇਸ਼ਾ ਵੀ ਬਾਈ ਚਾਂਸ ਕੱਲ ਨੂੰ ਕੋਈ ਐਮਰਜੈਂਸੀ ਪੈਂਦੀ ਆ ਹਨਾ ਤਾਂ ਵੀ ਅਸੀਂ ਸੌਰਟ ਆਊਟ ਕਰ ਸਕੀਏ ਤੇ ਇੱਕ ਆਪਣਾ ਇੰਸ਼ੋਰੈਂਸ ਜ਼ਰੂਰ ਰੱਖਿਆ ਕਰੋ ਹੈਲਥ ਇੰਸ਼ੋਰੈਂਸ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈਗਾ ਨਾ ਗਾਇਸ ਡਸਨਟ ਮੈਟਰ ਤੁਸੀਂ ਲੱਖਾਂ ਸੇਵਿੰਗ ਕਰ ਲਓ ਜੇ ਕੋਈ ਤੁਹਾਨੂੰ ਕੁਝ ਹੋ ਗਿਆ ਤਾਂ ਉਹ ਸਾਰੀ ਜ਼ੀਰੋ ਆ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਆ ਉਹ ਕਰਾ ਕੇ ਰੱਖਿਆ ਕਰੋ ਤੇ ਹਮੇਸ਼ਾ ਤੇ ਬਾਕੀ ਸਾਨੂੰ ਜ਼ਿਆਦਾ ਐਂ ਹੁੰਦਾ ਕੁਛ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਲੱਗ ਗਿਆ ਹਨਾ ਉਸ ਤੋਂ ਬਾਅਦ ਮੈਨੂੰ ਜ਼ਿਆਦਾ ਹੀ ਹੋ ਗਿਆ ਹਨਾ ਵੀ ਬਸ ਆਹੀ ਜ਼ਿੰਦਗੀ ਆ ਇਸ ਤੋਂ ਬਾਅਦ ਕੁਛ ਨਹੀਂ ਹੈਗਾ ਵੀ ਤੁਸੀਂ ਕੁਛ ਨਹੀਂ ਲੈ ਕੇ ਜਾਣਾ ਕੋਈ ਪੈਸਾ ਨਹੀਂ ਨਾਲ ਲੈ ਕੇ ਜਾਣਾ ਬਸ ਮਿਹਨਤ ਕਰੋ ਆਪਣੇ ਸੁਪਨੇ ਪੂਰੇ ਕਰੋ ਮਿਹਨਤ ਜ਼ਰੂਰ ਕਰਿਆ ਕਰੋ ਬਸ ਤੁਸੀਂ ਕਿਸੇ ਨੂੰ ਦੇਖ ਕੇ ਕਿਸੇ ਦਾ ਮਾੜਾ ਨਾ ਕਰਿਆ ਕਰੋ ਇੱਕ ਵਾਰ ਜ਼ਰੂਰ ਹਮੇਸ਼ਾ ਕਹਿਣਾ ਮੈਂ ਕਿਸੇ ਦਾ ਮਾੜਾ ਨਾ ਸੋਚੇ ਨਾ ਕਰਿਓ ਬਸ ਇੱਕ ਹੈ ਕਿ ਤੁਸੀਂ ਕਿਸੇ ਦੀ ਲਾਈਫ ਦੇਖ ਕੇ ਐਕਸਪੈਕਟੇਸ਼ਨ ਨਾ ਲਾਇਆ ਕਰੋ ਕਿ ਸਾਡੀ ਵੀ ਇੱਦਾਂ ਦੀ ਹੋਵੇ ਬਸ ਮਿਹਨਤ ਕਰੋ ਕਿ ਹਾਂ ਅਸੀਂ ਇੱਦਾਂ ਦੀ ਬਣਾਈਏ ਹਨਾ ਤੇ ਬਾਕੀ ਜਿੰਨਾ ਹੈਗਾ ਉਹਨੇ ਚ ਵੀ ਖੁਸ਼ ਰਹਿ ਸਕਦਾ ਇੱਕ ਗੱਲ ਹੋਰ ਵੀ ਦੱਸਦਾ ਮੈਂ ਜਿਹੜਾ ਮੇਰੇ ਘਰੋਂ ਬੈਕਗਰਾਊਂਡ ਆ ਉਹ ਬਹੁਤ ਵਧੀਆ ਰੱਬ ਦੀ ਕਿਰਪਾ ਨਾਲ ਹਨਾ ਪਰ ਡੈਡੀ ਉਹਨਾਂ ਨੇ ਬਹੁਤ ਦਾਦੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਕੁਛ ਬਣਾਤਾ ਪਰ ਮੈਂ ਆਪਣੇ ਕਾਲਜ 'ਚ ਪਹਿਲੇ 2 ਸਾਲ ਬੱਸ 'ਚ ਚੜ੍ਹ ਕੇ ਜਾਂਦਾ ਰਿਹਾ ਜਿਹੜੇ ਮੇਰੇ ਜਿਹਨਾਂ ਕੋਲ ਸਾਡੇ ਤੋਂ ਘੱਟ ਪ੍ਰੋਪਰਟੀ ਸੀ ਜਾਂ ਸਾਡੇ ਤੋਂ ਘੱਟ ਪੈਸਾ ਸੀ ਉਹ ਗੱਡੀਆਂ 'ਚ ਆਉਂਦੇ ਸੀਗੇ ਪਰ ਮੈਂ ਕਦੇ ਗਿਲਟੀ ਨਹੀਂ ਫੀਲ ਹੋਇਆ ਠੀਕ ਹੈ ਮੈਨੂੰ ਬਥੇਰਿਆਂ ਨੇ ਕਿਹਾ ਉਹ ਤੁਹਾਡੇ ਕੋਲ ਇੰਨਾ ਪੈਸਾ ਤੁਸੀਂ ਕਿੱਥੇ ਲੈ ਕੇ ਜਾਓਗੇ ਹਨਾ ਮੈਂ ਫਿਰ ਵੀ ਬੱਸ 'ਤੇ ਚੜ੍ਹ ਕੇ ਜਾਂਦਾ ਹੁੰਦਾ ਸੀਗਾ ਹੁਣ ਮੈਂ ਕਮਾ ਰਿਹਾ ਮੈਂ ਜਿੰਨਾ ਮਰਜ਼ੀ ਕਮਾਵਾਂ ਜਿੰਨਾ ਮਰਜ਼ੀ ਉਡਾਵਾਂ ਹਨਾ ਉਹ ਮੇਰੇ 'ਤੇ ਆ ਹਨਾ ਤੁਸੀਂ ਆਪਦਾ ਕਮਾ ਕੇ ਤੁਸੀਂ ਕੁਛ ਮਰਜ਼ੀ ਕਰ ਸਕਦੇ ਹੋ ਪਰ ਆਪਦਾ ਕਮਾ ਕੇ ਮਾਂ ਪਿਓ 'ਤੇ ਨਹੀਂ ਠੀਕ ਹੈ ਜ਼ਿਆਦਾ ਕਰਿਆ ਕਰੋ ਯੈਸ ਕਿਉਂਕਿ ਹੁਣ ਜੋ ਦੇਖਦੇ ਨਾ ਕਰਦੇ ਕਿ ਹਾਂ ਇਹ ਮਤਲਬ ਵਧੀਆ ਉਹ ਕਰ ਰਹੇ ਆ ਸਾਰਾ ਤੇ ਬਹੁਤ ਪ੍ਰਾਊਡ ਫੀਲ ਕਰਦੇ ਆ ਉਹ ਤੇ ਸਾਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਤੇ ਬਹੁਤ ਵਧੀਆ ਲੱਗਦਾ ਆਪਣਾ ਆਪਣੀ ਮਿਹਨਤ ਕਰਕੇ ਕਮਾਈ ਦਾ ਸੋ ਕੋਸ਼ਿਸ਼ ਕਰੋ ਹਨਾ ਕਿ ਜਿੰਨੀ ਛੇਤੀ ਤੋਂ ਛੇਤੀ ਕਿਉਂਕਿ ਇੱਥੇ ਪਤਾ ਕੀ ਆ ਇੰਡੀਆ ਚ ਅਸੀਂ ਇੰਡੀਆ ਚ ਇੱਦਾਂ ਦਾ ਆ ਕਿ ਉੱਥੇ ਟੀਨੇਜਰਸ ਹਨਾ ਜਾਂ ਫਿਰ 20s ਵੀ ਆ ਜਾਂਦੇ ਉਦੋਂ ਕੰਮ ਨਹੀਂ ਕਰਨ ਲੱਗਦੇ ਬਟ ਇੱਥੇ ਪਤਾ ਕੀ ਆ ਟੀਨੇਜਰ ਹੁੰਦੇ ਜਿਹੜੇ ਭਾਵੇਂ ਉਹਨਾਂ ਨੇ ਮੰਮਾ ਆਪਾਂ ਕਿੰਨਾ ਕਮਾਉਂਦੇ ਆ ਉਹ ਕੰਮ ਕਰਨ ਲੱਗ ਜਾਂਦੇ ਆ ਆਪਣਾ ਖੁਦ ਦੀ ਪੋਕਿਟ ਮਨੀ ਉਹ ਕਰਦੇ ਆ ਹਨਾ ਸੇਵ ਕਰਦੇ ਆ ਭਾਵੇਂ ਉਹਨਾਂ ਨੂੰ ਪੋਕਿਟ ਮਨੀ ਉਹਦੇ ਉਹਨਾਂ ਦੇ ਪੇਰੈਂਟਸ ਤੋਂ ਮਿਲਦੀ ਹੋਵੇ ਪਰ ਸਟਿਲ ਉਹ ਕੰਮ ਤੇ ਜਾਂਦੇ ਆ ਇੱਦਾਂ ਨਹੀਂ ਫੀਲ ਕਰਦੇ ਕਿ ਅਸੀਂ ਵੀ ਕਿਸੇ ਦੇ ਨੀਚੇ ਕਿਉਂ ਕੰਮ ਕਰੀਏ ਬਟ ਆਈ ਥਿੰਕ ਇੰਡੀਆ ਦੇ ਵਿੱਚ ਇਹ ਥਿੰਕਿੰਗ ਹੈਗੀ ਆ ਕਿ ਅਸੀਂ ਕਿਉਂ ਕੰਮ ਕਰੀਏ ਸਾਡੇ ਪੇਰੈਂਟਸ ਕਮਾਉਂਦੇ ਆ ਸਾਡੇ ਕੋਲ ਤਾਂ ਇੰਨਾ ਪੈਸਾ ਬਟ ਮੇਰੇ ਹਿਸਾਬ ਨਾਲ ਇੱਦਾਂ ਦੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਆ ਕਿ ਹਨਾ ਭਾਵੇਂ ਘਰਦੇ ਕੋਲ ਜਿੰਨਾ ਮਰਜ਼ੀ ਪੈਸਾ ਬਟ ਅਸੀਂ ਖੁਦ ਆਪਣੇ ਪੈਰਾਂ ਤੇ ਸਟੈਂਡ ਹੋਈਏ ਹਨਾ ਖੁਦ ਭਾਵੇਂ ਛੋਟੀ ਤੋਂ ਛੋਟੀ ਜੋਬ ਕਰ ਲਈਏ ਉਹ 'ਚ ਡਜ਼ਨਟ ਮੈਟਰ ਬਟ ਉਹ ਜਿਹੜੀ ਖੁਸ਼ੀ ਹੁੰਦੀ ਆ ਨਾ ਆਪਣੀ ਮਿਹਨਤ ਦੀ ਕਮਾਈ ਦੀ ਉਹ ਅਲੱਗ ਹੀ ਆ ਸੋ ਟਰਾਈ ਕਰਿਆ ਕਰੋ ਬਸ ਇਹੀ ਕਹਿਣਾ ਸੀਗਾ ਕਿ ਖੁਸ਼ ਰਿਹਾ ਕਰੋ ਹਨਾ ਨਿੱਕੀ ਨਿੱਕੀ ਗੱਲ 'ਚ ਵੀ ਖੁਸ਼ੀਆਂ ਲੱਭੋਗੇ ਤਾਂ ਜ਼ਿੰਦਗੀ ਬਹੁਤ ਸੋਹਣੀ ਹੋ ਜਾਣੀ ਆ ਬਹੁਤ ਖੁਸ਼ੀਆਂ ਭਰੀ ਹੋ ਜੂਗੀ ਆ ਗਈ ਜਨਤਾ ਘਰੇ ਕੀ ਹੋ ਗਿਆ ਇੱਥੇ ਨੀ ਉਸਤਾਦ ਤੁਸੀਂ ਚੜ੍ਹਨਾ ਸੀ 100% ਨਹੀਂ ਚੜ੍ਹਦੇ ਸੀ ਨੀਚੇ ਕਲੀਅਰ ਸੀ ਕੁਛ ਨੀ ਸੀ